ਡਾਕਟਰ ਤਾਂ ਕਹਿੰਦੇ ਹਨ ਕਰੋਨਾ ਲਾ ਇਲਾਜ ਹੈ, ਪਰ ਮੈਂ ਕਹਿੰਦਾ ਹਾਂ ਸਭ ਤੋਂ ਛੇਤੀ ਹਟਣ ਵਾਲੀ ਬਿਮਾਰੀ ਹੈ। ਉਹ ਪ੍ਰਧਾਨ ਮੰਤਰੀਓ, ਮੁੱਖ ਮੰਤਰੀਓ, ਇਹ ਬੰਦ ਵਾਲਾ ਪਖੰਡ ਬੰਦ ਕਰੋ। ਇਹ ਇਟਲੀ, ਅਮਰੀਕਾ, ਇੰਗਲੈਂਡ ਆਦਿ ਨਹੀਂ, ਇਹ ਭਾਰਤ ਹੈ, ਜਿਸ ਨੂੰ ਦੁਨੀਆ ਤੋਂ ਪਹਿਲਾਂ ਭਗਵਾਨ ਨੇ ਧਨੰਤਰ ਭੇਜ ਕੇ ਰੋਗੀਆਂ ਦਾ ਮਸੀਹਾ ਆਯੁਰਵੇਦਿਕ ਭੇਜਿਆ ਸੀ। ਸਦੀਆਂ ਤੱਕ ਦੁਨੀਆ ਦਾ ਕੋਈ ਆਦਮੀ ਦਵਾਈਆਂ ਰੋਗਾਂ ਦੇ ਨਾਮ ਨਹੀਂ ਜਾਣਦੇ ਸੀ, ਪਰ ਭਾਰਤ ਪੰਜਾਬ ਵਿੱਚ ਉਦੋਂ ਨਬਜ਼ਾਂ ਫੜ ਕੇ ਹਰ ਰੋਗ ਬੁੱਝਣ ਦੇ ਮਾਹਰ ਵੈਦ ਸੀ। ਪਰ ਇਹਨਾਂ ਗੈਰ ਕਾਨੂੰਨੀ ਮੰਤਰੀਆਂ ਨੇ ਪਹਿਲਾਂ ਵਿਦੇਸੀ ਅੰਗਰੇਜ਼ੀ ਦਵਾਈਆਂ ਵਾਲਿਆਂ ਦੇ ਇਸ਼ਾਰੇ 'ਤੇ ਆਯੁਰਵੇਦਿਕ ਨੂੰ ਖਤਮ ਕਰਨ ਲਈ ਹਰ ਹੀਲਾ ਵਰਤਿਆ। ਇਸ ਕਾਰਨ ਵੈਦਾਂ ਦੀ ਮੁੱਖ ਬੂਟੀ ਖਸਖਾਸ 'ਤੇ ਪਾਬੰਦੀ ਲਾ ਦਿੱਤੀ, ਹੁਣ ਭਾਰਤ ਮਿੱਟੀ ਵਿੱਚ ਮਿਲਾ ਦਿੱਤਾ। ਹੋਰ ਦੇਸ਼ਾਂ ਵਾਂਗ ਵਿਗੜੇ ਜ਼ੁਕਾਮ ਰੇਸ਼ੇ ਤੋਂ ਡਰਨ ਲੱਗ ਪਿਆ, ਜੋ ਕਿ ਵੈਦਾਂ ਲਈ ਹਟਾਉਣਾ ਖੇਡ ਤੋਂ ਵੱਧ ਕੇ ਨਹੀਂ। ਆਖੇ ਦੁਨੀਆ ਦੇ ਐਡੇ ਐਡੇ ਡਾਕਟਰਾਂ ਨੂੰ ਬਿਮਾਰੀ ਦਾ ਭੇਤ ਨਹੀਂ ਆਇਆ, ਵੈਦਾਂ ਨੂੰ ਕਿੱਥੋਂ ਆ ਜਾਵੇਗਾ? ਪਰ ਡਾਕਟਰਾਂ ਨੂੰ ਭੇਤ ਹੈ ਕਿ ਇਸ ਬਿਮਾਰੀ ਜਾਂ ਸਰੀਰ ਦਾ, ਜਿਵੇਂ ਟੈਸਟ ਵਾਲੀਆਂ ਮਸ਼ੀਨਾਂ ਰਿਪੋਰਟਾਂ ਕੱਢ ਦਿੰਦੀਆਂ ਹਨ, ਉਹ ਪੜ੍ਹ ਕੇ ਇਲਾਜ ਸ਼ੁਰੂ ਕਰ ਦਿੰਦੇ ਹਨ। ਵੈਦ ਮਰੀਜ਼ ਵਿੱਚੋਂ ਰੋਗ ਲੱਭਦਾ ਹੈ, ਡਾਕਟਰ ਕੋਲ ਬੈਠੇ ਮਰੀਜ਼ ਵੱਲ ਵੇਖਦੇ ਹੀ ਨਹੀਂ, ਮਸ਼ੀਨਾਂ ਵਿੱਚੋਂ ਨਿਕਲੇ ਕਾਗਜ਼ਾਂ ਵੱਲ ਵੇਖਦੇ ਹਨ। ਆਖੇ ਐਡੇ ਐਡੇ ਡਾਕਟਰਾਂ ਨੂੰ ਤਾਂ ਇਸ ਬਿਮਾਰੀ ਦਾ ਇਲਾਜ ਲੱਭਾ ਨਹੀਂ, ਵੈਦਾਂ ਨੇ ਕਿੱਥੋਂ ਭਾਲ ਲਿਆ? ਪਰ ਡਾਕਟਰਾਂ ਕੋਲ ਹੈ ਕਿਸ ਬਿਮਾਰੀ ਦਾ ਇਲਾਜ? ਬਿਮਾਰੀ ਕੋਈ ਨਹੀਂ ਹਟਾਉਂਦੇ, ਬਿਮਾਰੀਆਂ ਨੂੰ ਦਵਾਈਆਂ ਨਾਲ ਦਬਾ ਦਬਾ ਕੇ ਗੁੰਝਲਦਾਰ ਅਤੇ ਲਾਲ ਲਾਲ ਜ਼ਰੂਰ ਬਣਾ ਦਿੰਦੇ ਹਨ। ਡਾਕਟਰਾਂ ਨੂੰ ਵੈਦਾਂ ਤੋਂ ਉੱਤੇ ਸਮਝ ਲਿਆ, ਜਿਨ੍ਹਾਂ ਰੋਗਾਂ ਗੁਰਦੇ ਦੀ ਪੱਥਰੀ, ਜ਼ੁਕਾਮ, ਖੂਨ ਦੀਆਂ ਉਲਟੀਆਂ, ਔਰਤਾਂ ਨੂੰ ਪਾਣੀ ਪੈਣਾ, ਖੂਨ ਵੱਧ ਪੈਣਾ, ਬੱਚਿਆਂ ਦੇ ਸਰੀਰ ਨੂੰ ਸੋਜ ਪੈ ਜਾਣੀ, ਪਿਸ਼ਾਬ ਰੁਕ ਜਾਣਾ ਆਦਿ ਰੋਗਾਂ ਨੂੰ ਵੈਦ ਰੋਗ ਹੀ ਨਹੀਂ ਸਮਝਦੇ, ਜੋ 2-3 ਦਿਨ ਵਿੱਚ ਤਾਂ ਬਹੁਤ ਥੋੜ੍ਹੀ ਦਵਾਈ ਨਾਲ ਹਟ ਜਾਵੇ, ਉਹ ਰੋਗ ਕਾਹਦਾ ਹੋਇਆ? ਪਰ ਡਾਕਟਰਾਂ ਤੋਂ ਇਹੋ ਜਿਹੇ ਰੋਗ ਵੀ ਲਾਇਲਾਜ ਹਨ, ਆਪਰੇਸ਼ਨ ਕਰਕੇ ਜਿੰਨਾ ਕੁ ਰੋਗ ਠੀਕ ਹੋਇਆ ਕਰ ਦਿੰਦੇ ਹਨ, ਜਾਂ ਲੰਬਾ ਸਮਾਂ ਦਵਾਈਆਂ ਖਵਾਈ ਜਾਂਦੇ ਹਨ। ਅਸਲ ਵਿੱਚ ਡਾਕਟਰਾਂ ਨੇ ਕਿਸੇ ਰੋਗ ਦੀ ਭਰੋਸੇ ਵਾਲੀ ਦਵਾਈ ਬਣਾਈ ਹੀ ਨਹੀਂ, ਪੱਕਾ ਰੋਗ ਕੋਈ ਨਹੀਂ ਹਟਾਉਂਦੀਆਂ, ਰੋਗ ਦਬਾਉਂਦੀਆਂ ਹਨ। ਜੇ ਕਿਸੇ ਰੋਗ ਨੂੰ ਹਟਾਉਂਦੀਆਂ ਹਨ, ਨੁਕਸਾਨ ਵੀ ਜ਼ਰੂਰ ਕਰਦੀਆਂ ਹਨ। ਅੰਗਰੇਜ਼ੀ ਦਵਾਈਆਂ ਰੋਗ ਲੰਮਾ ਸਮਾਂ ਖਾਣ 'ਤੇ ਵੀ ਨਹੀਂ ਹਟਾ ਸਕਦੀਆਂ, ਪਰ ਬੜਿਆਂ ਦੇ ਰੀਐਕਸ਼ਨ ਕਰਕੇ ਮਿੰਟਾਂ ਵਿੱਚ ਟੱਟੂ ਪਾਰ ਜ਼ਰੂਰ ਕਰ ਦਿੰਦੀਆਂ ਹਨ। ਲੋੜਾ ਆ ਗਿਆ, ਵੈਦਾਂ ਨੂੰ ਡਾਕਟਰਾਂ ਤੋਂ ਘੱਟ ਸਮਝਦਾਰ ਸਮਝ ਲਿਆ, ਜੋ ਆਯੁਰਵੇਦਿਕ ਲੱਖਾਂ ਸਾਲਾਂ ਤੋਂ ਮੌਜੂਦ ਹੈ, ਪਰ ਐਲੋਪੈਥੀ ਬਣੀ ਨੂੰ ਕੁਝ 100 ਸਾਲ ਹੋਏ ਹਨ। 1950-60 ਤੱਕ ਵੀ ਭਾਰਤ ਵਿੱਚ ਵੈਦਾਂ ਦਾ ਰਾਜ ਸੀ, ਫਿਰ ਕਿਸੇ ਵੀ ਚੀਜ਼ ਦੇ ਨਾਮ ਤੋਂ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਕੁ ਮਾਹਰ ਲੋਕਾਂ ਨੇ ਰੱਖਿਆ ਹੈ। ਨਾਮ ਐਲੋਪੈਥੀ, ਦੂਜੇ ਪਾਸੇ ਨਾਮ ਹੈ ਆਯੁਰਵੇਦਿਕ, ਜਿਸ ਦਾ ਅਰਥ ਹੈ ਆਜੂ ਵਰਧਕ, ਜਾਣੀ ਉਮਰ ਵਧਾਉਣਾ। ਜਦੋਂ ਕਿਸੇ ਨੂੰ ਰੋਗ ਲੱਗਦਾ ਹੈ, ਉਸ ਦੀ ਉਮਰ ਘਟਣੀ ਸ਼ੁਰੂ ਹੋ ਜਾਂਦੀ ਹੈ, ਮਰਨ ਦਾ ਡਰ ਹੁੰਦਾ ਹੈ, ਉਸ ਨੂੰ ਉਸ ਚੀਜ਼ ਦੀ ਲੋੜ ਹੁੰਦੀ ਹੈ ਜੋ ਰੋਗ ਹਟਾ ਕੇ ਉਮਰ ਜਾਣੀ ਆਜੂ ਵਧਾ ਦੇਵੇ, ਤਾਂ ਹੀ ਆਯੁਰਵੇਦਿਕ ਨਾਮ ਰੱਖਿਆ। ਆਯੁਰਵੇਦਿਕ ਵੈਦ ਕਰਦੇ ਹਨ ਜੋ ਜੁੜਦੇ ਹਨ, ਪਰ ਐਲੋਪੈਥੀ ਅਤੇ ਡਾਕਟਰ ਤਾਂ ਜੁੜਦੇ ਹੀ ਨਹੀਂ। ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਜੋ ਵੈਦਾਂ ਨੂੰ ਡਾਕਟਰਾਂ ਤੋਂ ਘੱਟ ਸਮਝਦਾਰ
ਮੰਨਦੇ ਹਨ। ਇਹ ਸੰਸਾਰ ਮਰਦਾਂ ਦੀ ਮਰਦਾਨਾ ਤਾਕਤ 'ਤੇ ਖੜ੍ਹਾ ਹੈ। ਇਸ ਨਾਲ ਸੰਸਾਰ ਦੀ ਪੈਦਾਇਸ਼ ਹੋ ਰਹੀ ਹੈ। ਘਰਾਂ ਸਮਾਜ ਵਿੱਚ ਖੁਸ਼ੀਆਂ ਮਰਦਾਂ ਦੀ ਮਰਦਾਨਾ ਤਾਕਤ 'ਤੇ ਨਿਰਭਰ ਹਨ। ਬੱਚਿਆਂ ਨੂੰ ਮਮਤਾ ਦਾ ਪਿਆਰ ਵੀ ਮਰਦਾਨਾ ਤਾਕਤ ਦੇ ਨਾਲ ਨਸੀਬ ਹੁੰਦਾ ਹੈ, ਨਹੀਂ ਤਾਂ ਬੱਚੇ ਛੱਡ ਕੇ ਤੁਰ ਜਾਂਦੀਆਂ ਹਨ। ਜੇ ਮਰਦਾਂ ਵਿੱਚ ਮਰਦਾਨਾ ਤਾਕਤ ਖਤਮ ਹੋ ਜਾਵੇ, ਵੀਰ ਜ ਬੱਚਾ ਪੈਦਾ ਕਰਨ ਵਾਲੇ ਨਾ ਰਹਿਣ, ਜੋ ਹੋ ਵੀ ਬਹੁਤ ਤੇਜ਼ੀ ਨਾਲ ਰਹੇ ਹਨ। ਜੇ ਇਸੇ ਤਰ੍ਹਾਂ ਮਰਦਾਂ ਵਿੱਚ ਨੁਕਸ ਪੈਂਦਾ ਰਿਹਾ, ਸੰਸਾਰ ਦੀ ਪੈਦਾਇਸ਼ ਰੁਕ ਜਾਵੇਗੀ। ਪਰ ਉਹਨਾਂ ਡਾਕਟਰਾਂ ਨੂੰ ਵੈਦਾਂ ਤੋਂ ਉੱਤੇ ਸਮਝ ਲਿਆ, ਜੋ ਨਾ ਤਾਂ ਮਰਦਾਨਾ ਰੋਗਾਂ ਦੇ ਭੇਤੀ ਹਨ ਅਤੇ ਨਾ ਕੋਈ ਦਵਾਈ ਬਣਾ ਸਕੇ, ਸਗੋਂ ਵਿਆਗਰਾ ਵਰਗੀਆਂ ਗੋਲੀਆਂ ਬਣਾ ਕੇ ਮਰਦਾਂ ਦਾ ਬੇੜਾ ਗਰਕ ਕਰਨਾ ਸ਼ੁਰੂ ਕਰ ਦਿੱਤਾ। ਉਹ ਦਵਾਈਆਂ ਬੀਰਜ ਅਤੇ ਮਰਦਾਨਾ ਤਾਕਤ ਨੂੰ ਨੁਕਸਾਨ ਕਰਦੀਆਂ ਹੀ ਕਰਦੀਆਂ ਹਨ। ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਵਧਣ ਦੇ ਰੋਗ ਲਾ ਦਿੰਦੀਆਂ ਹਨ। ਦੂਜੇ ਪਾਸੇ ਵੈਦ ਬਿਲਕੁਲ ਖਤਮ ਹੋਈ ਮਰਦਾਨਾ ਤਾਕਤ, ਖਤਮ ਹੋਏ ਬੀਰਜ ਨੂੰ ਦਿਨਾਂ ਵਿੱਚ ਪੂਰਾ ਕਰਨ ਦੀ ਤਾਕਤ ਰੱਖਦੇ ਹਨ। ਕਮਜ਼ੋਰ ਬੀਰਜ ਨੂੰ ਦਿਨਾਂ ਵਿੱਚ ਬੱਚਾ ਪੈਦਾ ਕਰਨ ਵਾਲੇ ਬਣਾ ਦਿੰਦੇ ਹਨ। ਕੋਰੋਨੇ ਦੇ ਕਹਿਰ ਤੋਂ ਥੋੜ੍ਹੇ ਬਹੁਤੇ ਲੋਕ ਤਾਂ ਬਚ ਜਾਣਗੇ, ਫਿਰ ਸੰਸਾਰ ਵੱਧ ਫੁੱਲ ਜਾਵੇਗਾ। ਪਰ ਜਿੰਨੀ ਤੇਜ਼ੀ ਨਾਲ ਮਰਦਾਂ ਵਿੱਚ ਮਰਦਾਨਾ ਕਮਜ਼ੋਰੀ, ਬੀਰਜ ਵਿੱਚ ਬੱਚਾ ਪੈਦਾ ਕਰਨ ਵਾਲੇ ਸਕਰਾਣੂਆਂ ਦੀ ਘਾਟ, ਬੀਰਜ ਬਾਨੋਂ ਹਟ ਰਹੇ ਹਨ, ਔਰਤਾਂ ਵਿੱਚ ਬੱਚੇਦਾਨੀ ਦੀਆਂ ਰਸੌਲੀਆਂ, ਬੱਚੇ ਪੈਦਾ ਕਰਨ ਦੀਆਂ ਘੱਟ ਰਹੀਆਂ ਤਾਕਤਾਂ, ਉੱਤੋਂ ਭਾਰਤ ਦੇ ਮੰਤਰੀਆਂ ਨੇ ਵਿਦੇਸ਼ੀ ਅੰਗਰੇਜ਼ੀ ਦਵਾਈਆਂ ਦੀਆਂ ਕੰਪਨੀਆਂ ਦੇ ਹੁਕਮ 'ਤੇ ਆਯੁਰਵੈਦਿਕ ਨੂੰ ਖਤਮ ਕਰਨ 'ਤੇ ਜ਼ੋਰ ਲਾਇਆ। ਡਾਕਟਰਾਂ ਕੋਲ ਮਰਦਾਨਾ ਰੋਗਾਂ ਦੀ, ਬੱਚੇਦਾਨੀਆਂ ਦੀ ਰਸੌਲੀਆਂ ਆਦਿ ਦੀ ਦਵਾਈ ਕੋਈ ਨਹੀਂ, ਸਗੋਂ ਵਿਆਗਰਾ ਵਰਗੀਆਂ ਗੋਲੀਆਂ ਨਾਲ ਮਰਦਾਂ ਨੂੰ ਖਤਮ ਕਰ ਰਹੇ ਹਨ। ਜੇ ਇਸ ਤਰ੍ਹਾਂ ਚੱਲਦਾ ਰਿਹਾ, ਥੋੜ੍ਹੇ ਸਮੇਂ ਨੂੰ ਸੰਸਾਰ ਦੀ ਪੈਦਾਇਸ਼ ਹੀ ਰੁਕ ਜਾਵੇਗੀ। ਸਭ ਤੋਂ ਅਹਿਮ ਗੱਲ, ਇਨਸਾਨ ਰੱਬ ਨੇ ਬਣਾਇਆ ਹੀ ਦਇਆ ਅਤੇ ਪਿਆਰ ਲਈ ਸੀ, ਸਭ ਜੂਨੀਆਂ ਦਾ ਰਾਜਾ ਬਣਾ ਕੇ ਭੇਜਿਆ ਸੀ। ਇਨਸਾਨ ਦਾ ਫਰਜ਼ ਸੀ ਸਭ ਜੀਆਂ 'ਤੇ ਦਇਆ ਕਰਦਾ, ਖਿਆਲ ਰੱਖਦਾ, ਪਰ ਇਨਸਾਨ ਨੇ ਬਾਕੀ ਸਭ ਜੀਵਤਾ ਖਤਮ ਕੰਢੇ 'ਤੇ ਪਹੁੰਚਾ ਦਿੱਤੇ ਅਤੇ ਹੁਣ ਇਨਸਾਨ ਨੂੰ ਖਤਮ ਕਰਨ 'ਤੇ ਚੱਲ ਪਿਆ। ਦਇਆ ਪਿਆਰ ਵਾਲੇ ਥਾਂ ਹੀ ਪਰਮਾਤਮਾ ਆਉਂਦਾ ਹੈ, ਪਰ ਡਾਕਟਰਾਂ ਦੇ ਲਾਲਚ, ਖਰਬੀ ਬੋਲੀ, ਕਰੂਪ ਸੋਚਣੀ ਵੇਖ, ਪਰਮਾਤਮਾ ਨੇ ਕੀ ਆਉਣਾ ਹੈ? ਮਰੀਜ਼ ਦੇ ਵਾਰਸ ਸੋਚਦੇ ਹਨ ਮਰੀਜ਼ ਛੱਡ ਕੇ ਭੱਜ ਜਾਈਏ, ਜਾਂ ਰੱਬ ਅੱਗੇ ਅਰਜ਼ਾਂ ਕਰਦੇ ਹਨ ਕਿ ਰੱਬਾ ਇਸ ਨਾਲੋਂ ਸਾਡੇ ਮਰੀਜ਼ ਹੀ ਚੁੱਕ ਲੈ। ਦੂਜੇ ਪਾਸੇ ਵੈਦਿਕ ਦੀ ਪਹਿਲੀ ਪੌੜੀ ਹੀ ਦਇਆ ਹੈ। ਵੈਦ ਮਰੀਜ਼ ਦੀ ਮਾਲੀ ਹਾਲਤ ਦਾ ਅੰਦਾਜ਼ਾ ਲਾ ਕੇ ਪੈਸੇ ਮੰਗਦਾ ਹੈ, ਗਰੀਬ ਨੂੰ ਦਵਾਈਆਂ ਵੀ ਮੁਫਤ ਦਿੰਦੇ ਹਨ, ਦੂਰੋਂ ਆਏ ਮਰੀਜ਼ਾਂ ਨੂੰ ਮੰਜੇ ਬਿਸਤਰੇ ਰੋਟੀ ਮੁਫਤ ਵਿੱਚ ਦਿੰਦੇ ਹਨ, ਦੂਰੋਂ ਆਏ ਗਰੀਬ ਮਰੀਜ਼ਾਂ ਨੂੰ ਬੱਸਾਂ ਦਾ ਕਿਰਾਇਆ ਤੱਕ ਦਿੰਦੇ ਹਨ। ਅੱਜ ਤੱਕ ਬੜੇ ਗਰੀਬਾਂ ਦੇ ਦੂਰੋਂ ਫੋਨ ਆਏ ਕਿ ਸਾਡਾ ਮਰੀਜ਼ ਬੱਸ 'ਤੇ ਚੜ੍ਹਨ ਜੋਗਾ ਨਹੀਂ, ਹਸਪਤਾਲ ਵਾਲਿਆਂ ਨੇ ਗੱਡੀ ਕਰਾਉਣ ਜੋਗੇ ਛੱਡੇ ਨਹੀਂ। ਇਹੋ ਜਿਹੇ ਬੜਿਆਂ ਨੂੰ ਮੈਂ ਖੁਦ ਕਾਰ 'ਤੇ ਜਾ ਕੇ ਦਵਾਈਆਂ ਦਿੰਦਾ ਰਿਹਾ ਹਾਂ। ਆਖੇ ਕਰੋਨਾ ਲਾ ਇਲਾਜ ਹੈ। ਪਹਿਲੀ ਗੱਲ, ਫਰਵਰੀ ਮਾਰਚ ਵਿੱਚ ਰੁੱਤ ਬਦਲਣੀ ਸ਼ੁਰੂ ਹੁੰਦੀ ਹੈ ਅਤੇ ਹਰ ਵਾਰ ਹੀ ਬਹੁਤ ਲੋਕਾਂ ਨੂੰ ਜ਼ੁਕਾਮ, ਖੰਘ, ਤਾਪ ਹੁੰਦੇ ਹਨ। ਪਰ ਪਹਿਲਾਂ ਜਦੋਂ ਰੁੱਤ ਬਦਲਣ 'ਤੇ ਜ਼ੁਕਾਮ ਆਦਿ ਹੁੰਦੇ ਸੀ, ਛੇਤੀ ਹੀ ਠੰਡ ਘੱਟ ਜਾਂਦੀ ਸੀ ਅਤੇ ਤਕਰੀਬਨ ਵਧੀਆ ਦਿਨ ਲੱਗਦੇ ਸੀ, ਜਿਸ ਕਰਕੇ ਠੰਡ ਘਟਣ ਅਤੇ ਧੁੱਪ ਕਾਰਨ ਜ਼ੁਕਾਮ ਵਿਗੜਦੇ ਨਹੀਂ ਸੀ। ਇਸ ਵਾਰ ਫਰਵਰੀ ਮਾਰਚ ਵਿੱਚ ਵੀ
ਲੋਕਾਂ ਨੂੰ ਜ਼ੁਕਾਮ ਖੰਘ ਤਾਪ ਹੋਣੇ ਸੀ ਹੋ ਗਏ। ਉੱਤੋਂ ਠੰਡ ਪੂਰੀ ਪੈਂਦੀ ਰਹੀ, ਉੱਤੋਂ ਬੱਦਲਵਾਈ ਰਹੀ, ਮੌਸਮ ਵੀ ਸੈੱਲ ਵਾਲਾ ਰਿਹਾ। ਬੱਦਲਵਾਈ, ਸੈੱਲ ਅਤੇ ਠੰਡ ਜ਼ੁਕਾਮ, ਰੇਸ਼ੇ, ਖੰਘ, ਤਾਪ ਅਤੇ ਸਰੀਰਕ ਦਰਦਾਂ ਵਾਲੇ ਦੇ ਦੁਸ਼ਮਣ ਹੁੰਦੇ ਹਨ। ਇੱਕ ਹਵਾ ਪੂਰਪ ਦੀ ਵਗਦੀ ਰਹੀ ਜੋ ਇਹਨਾਂ ਰੋਗਾਂ ਨੂੰ ਵਧਾਉਣ ਲਈ ਪੂਰਾ ਕੰਮ ਕਰਦੀ ਹੈ। ਉੱਤੋਂ ਮੈਂ ਦੇਖਿਆ ਹੈ ਲੋਕਾਂ ਵਿੱਚ ਪਨਸੈਲਟੀ ਵਧੀ ਕਰਕੇ ਪਹਿਲਾਂ ਵਾਂਗ ਫਰਵਰੀ ਮਾਰਚ ਵਿੱਚ ਬੜਿਆਂ ਨੇ ਕੋਟ ਕੋਟੀਆਂ ਲਾ ਦਿੱਤੇ, ਗਰਮੀਆਂ ਵਾਲੇ ਕੱਪੜੇ ਪਾਉਣ ਲੱਗ ਗਏ। ਉੱਤੋਂ ਠੰਡਾ ਪਾਣੀ ਅਤੇ ਹੋਰ ਸਭ ਚੀਜ਼ਾਂ ਦੇ ਪਰਹੇਜ਼ ਖਤਮ ਹੋ ਚੁੱਕੇ ਹਨ। ਇਸ ਵਾਰ ਜ਼ੁਕਾਮ ਨਵਾਂ ਨਹੀਂ ਲਾਗਦੀ ਬਿਮਾਰੀ ਬਣਿਆ, ਜ਼ੁਕਾਮ ਪਹਿਲਾਂ ਤੋਂ ਹੀ ਲਾਗਦੀ ਬਿਮਾਰੀ ਹੈ। ਆਮ ਹੀ ਲੋਕਾਂ ਨੂੰ ਜ਼ੁਕਾਮ ਲੱਗੇ ਵਾਲੇ ਵੱਲ ਵੇਖੇ ਤੋਂ ਜ਼ੁਕਾਮ ਲੱਗ ਜਾਂਦਾ ਸੀ, ਜੂਠਾ ਖਾਣ 'ਤੇ ਹੋ ਜਾਂਦਾ ਸੀ। ਜਦੋਂ ਕਿਸੇ ਨੂੰ ਜ਼ੁਕਾਮ ਲੱਗ ਗਿਆ, ਉੱਤੋਂ ਪੂਰੀ ਠੰਡ ਪੈਂਦੀ ਹੋਵੇ, ਬੱਦਲ ਰਹਿੰਦੇ ਹੋਣ, ਪੂਰਬ ਦੀ ਹਵਾ ਚੱਲਦੀ ਰਹੇ, ਉੱਤੋਂ ਠੰਡਾ ਪਾਣੀ ਪੀਵੇ ਜਾਂ ਦਹੀਂ, ਲੱਸੀ, ਚੌਲ, ਆਲੂ ਖਾਵੇ, ਘਿਓ, ਤੇਲ ਵਾਲੀਆਂ ਗਰਮ ਸਬਜ਼ੀਆਂ ਆਦਿ ਖਾ ਕੇ ਠੰਡਾ ਪਾਣੀ ਪੀਵੇ, ਉਸ ਦਾ ਜ਼ੁਕਾਮ ਵਿਗੜਨਾ ਹੀ ਵਿਗੜਨਾ ਹੈ ਅਤੇ ਛਾਤੀ ਵੀ ਰੁਕਣੀ ਹੀ ਰੁਕਣੀ ਹੈ। ਜ਼ੁਕਾਮ ਵਿਗੜ ਗਿਆ, ਛਾਤੀ ਰੇਸ਼ੇ ਨਾਲ ਰੁਕਣੀ ਸ਼ੁਰੂ ਹੋ ਗਈ, ਉੱਤੋਂ ਫਿਰ ਵੀ ਵੱਧ ਪਹਰੇਜੀ, ਠੰਡਾ ਮੌਸਮ, ਸਿੱਲੀ ਹਵਾ, ਤਾਂ ਸੋਚ ਲਵੋ ਉਸ ਦੀ ਕੀ ਹਾਲਤ ਹੋਵੇਗੀ। ਬਸ ਇਹੋ ਕਰੋਨਾ ਹੈ, ਕਿਉਂਕਿ ਜ਼ੁਕਾਮ, ਖੰਘ, ਰੇਸ਼ੇ ਦੀ ਰੁੱਤ ਆ ਗਈ, ਠੰਡ ਪੂਰੀ ਪਈ ਗਈ, ਹਵਾ ਪੂਰਬ ਦੀ ਸਿੱਲੀ ਵਗੀ ਗਈ, ਬੱਦਲਵਾਈ ਰਹੀ, ਉੱਤੋਂ ਠੰਡੇ ਪਾਣੀ, ਬੜਿਆਂ ਦੇ ਗਰਮੀਆਂ ਵਾਲੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ। ਇਹ ਕੱਪੜੇ ਪਾ ਕੇ ਮੋਟਰਸਾਈਕਲਾਂ 'ਤੇ ਚੜ੍ਹੇ ਫਿਰਦੇ ਸੀ, ਗੰਨਿਆਂ ਦੇ ਜੂਸ ਪੀ ਰਹੇ ਸੀ, ਪਰ ਫਿਰ ਵੀ ਕਿੰਨੀਆਂ ਕੁ ਮੌਤਾਂ ਹੋਈਆਂ ਅਤੇ ਦਸਾਂ ਦਿਨਾਂ ਵਿੱਚ ਆਬਾਦੀ ਦੇ ਹਿਸਾਬ ਕਿੰਨੇ ਕੁ ਮਰੀਜ਼ ਹਨ। ਇਹਨਾਂ ਗੱਲਾਂ ਤੋਂ ਪਤਾ ਲੱਗਦਾ ਹੈ ਬਹੁਤ ਛੇਤੀ ਹਟਣ ਵਾਲਾ ਰੋਗ ਹੈ ਜਿਨ੍ਹਾਂ ਨੂੰ ਹੋ ਗਿਆ। ਮੈਂ ਜ਼ੁਕਾਮ, ਰੇਸ਼ੇ ਨੂੰ ਵਧਾਉਣ ਵਾਲੀ ਮੌਸਮ ਅਤੇ ਠੰਡ ਦੱਸ ਹੀ ਦਿੱਤਾ ਹੈ। ਉੱਤੋਂ ਹਸਪਤਾਲਾਂ ਵਿੱਚ ਉਹਨਾਂ ਦੀ ਬਹੁਤੀ ਦੇਖਭਾਲ ਨਹੀਂ ਕੀਤੀ ਗਈ। ਹਸਪਤਾਲਾਂ ਵਿੱਚ ਜਾ ਕੇ ਦਵਾਈਆਂ ਆਦਿ ਦੇ ਮੁਸ਼ਕ ਨਾਲ ਉਂਝ ਜ਼ੁਕਾਮ ਲੱਗ ਜਾਂਦਾ ਹੈ। ਉੱਥੇ ਉਹਨਾਂ ਨੂੰ ਕੋਈ ਪਰਹੇਜ਼ ਨਹੀਂ ਕਰਵਾਇਆ ਗਿਆ, ਪਰ ਫਿਰ ਵੀ ਕਈ ਮਰੀਜ਼ ਠੀਕ ਹੋ ਗਏ। ਇੱਕ ਕਹਾਵਤ ਹੈ, ਜੇ ਜ਼ੁਕਾਮ ਲੱਗੇ ਤਾਂ ਦਵਾਈ ਲਈ ਜਾਵੇ ਹਫ਼ਤੇ ਵਿੱਚ ਹਟ ਜਾਂਦਾ ਹੈ, ਜੇ ਦਵਾਈ ਨਾ ਲਈ ਜਾਵੇ 7 ਦਿਨਾਂ ਵਿੱਚ ਹਟ ਜਾਂਦਾ ਹੈ। ਜਿੰਨੇ ਮਰੀਜ਼ ਠੀਕ ਹੋਏ ਹਨ 7 ਕੁ ਦਿਨਾਂ ਵਿੱਚ ਹੀ ਠੀਕ ਹੋਏ ਹੋਣਗੇ। ਹੋ ਸਕਦਾ ਇਸ ਵਾਰ ਮੌਸਮ ਅਤੇ ਠੰਡ ਕਾਰਨ 2-4 ਦਿਨ ਵੱਧ ਲੱਗੇ ਹੋਣ। ਬਾਕੀ ਜਿੰਨੀਆਂ ਮੌਤਾਂ ਭਾਰਤ ਵਿੱਚ ਕਰੋਨੇ ਨਾਲ ਦੱਸੀਆਂ ਜਾ ਰਹੀਆਂ ਹਨ, ਉਹਨਾਂ ਵਿੱਚੋਂ ਬਹੁਤੇ ਡਰਦੇ ਲੁਕਦੇ ਰਹੇ, ਕਿਉਂਕਿ ਇੱਕ ਇਸ ਨੂੰ ਹਊਆ ਬਣਾ ਦਿੱਤਾ, ਦੂਜਾ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਹਸਪਤਾਲਾਂ ਵਿੱਚ ਅੱਡ ਕਮਰਿਆਂ ਵਿੱਚ ਸੁੱਟ ਦਿੰਦੇ ਹਨ, ਡਰਦੇ ਡਾਕਟਰ ਵੀ ਕੋਲ ਨਹੀਂ ਆਉਂਦੇ। ਇਸ ਤਰ੍ਹਾਂ ਬਹੁਤੇ ਲੋਕ ਡਰਦੇ ਲੁਕਦੇ ਰਹੇ, ਜਿਹੜੇ ਮਾੜੇ ਮੋਟੇ ਜ਼ੁਕਾਮ ਲੱਗੇ ਤੋਂ ਪਰਹੇਜ਼ ਕਰਨੇ ਸੀ, ਘਰੋਂ ਬਾਹਰ ਉਹ ਵੀ ਨਾ ਹੋਏ। ਉੱਤੋਂ ਠੰਡ ਵੱਧ ਪਈ ਗਈ, ਉੱਤੋਂ ਡਰ ਕਾਰਨ ਰੋਗ ਭਾਰੂ ਪੈ ਗਿਆ। ਬਾਕੀ ਜਿੰਨੇ ਹਸਪਤਾਲਾਂ ਵਿੱਚ ਮਰੇ ਹਨ, ਮੈਂ ਦਾਅਵੇ ਨਾਲ ਕਹਿੰਦਾ ਹਾਂ, ਸਾਰੇ ਬਿਨਾਂ ਇਲਾਜ, ਬਿਨਾਂ ਪਰਹੇਜ਼ ਤੋਂ ਅੱਡ ਕਮਰਿਆਂ ਵਿੱਚ ਬੰਦ ਕੀਤੇ ਮਜੂਸੀ ਨਾਲ ਮਰੇ ਹਨ। ਬਾਕੀ ਮੈਂ ਦੱਸ ਚੁੱਕਾ ਹਾਂ, ਇਸ ਵਾਰ ਜ਼ੁਕਾਮ, ਖੰਘ ਲੱਗਣ ਦੇ ਮੌਸਮ ਤੋਂ ਬਾਅਦ ਵੀ ਠੰਡ ਪੂਰੀ ਰਹੀ, ਬੱਦਲਵਾਹੀ ਰਹੀ, ਹਵਾ ਸਿੱਲੀ ਰਹੀ। ਇਹ ਚੀਜ਼ਾਂ ਕਾਫ ਨੂੰ ਵਧਾਉਣ ਅਤੇ ਵਿਗਾੜਨ ਲਈ ਪੂਰਾ ਕੰਮ ਕਰਦੀਆਂ ਹਨ।
ਪਰ ਪਹਿਲਾਂ ਵੀ ਡਾਕਟਰਾਂ ਤੋਂ ਜ਼ੁਕਾਮ ਲਾਲ ਸੀ। ਜ਼ੁਕਾਮ ਵਾਲਾ ਜੋ ਡਾਕਟਰਾਂ ਤੋਂ ਦਵਾਈ ਲੈਂਦਾ ਸੀ ਉਹ ਹੋਰ ਦੁਖੀ ਹੋ ਜਾਂਦਾ ਸੀ। ਜ਼ੁਕਾਮ ਦਾ ਰੋਗ ਲੰਮਾ ਹੋ ਜਾਂਦਾ ਸੀ ਕਿਉਂਕਿ ਡਾਕਟਰ ਏਵਲ ਦੇ ਸਾਲਟ ਨਾਲ ਰੇਸ਼ਾ ਨਿਕਲਣਾ ਬੰਦ ਕਰ ਦਿੰਦੇ ਸੀ, ਜਿਸ ਨਾਲ ਕਈਆਂ ਦੇ ਨੱਕ ਬੰਦ, ਕਈਆਂ ਦੀ ਛਾਤੀ ਜਾਮ ਅਤੇ ਸਿਰ ਭਾਰੇ ਹੋ ਜਾਂਦੇ ਸੀ। ਜਦੋਂ ਕਿ ਸਾਡੀ ਦਵਾਈ ਜ਼ੁਕਾਮ ਦੀ 14-15 ਘੰਟੇ ਵਿੱਚ ਰੇਸ਼ਾ ਪਕਾ ਦਿੰਦੀ ਹੈ। ਨੱਕੋ ਪਾਣੀ ਦੀ ਥਾਂ ਖੱਟਾ ਸੰਘਣਾ ਰੇਸ਼ਾ ਸ਼ੁਰੂ ਹੋ ਜਾਂਦਾ ਹੈ ਅਤੇ ਅਗਲੇ 24 ਘੰਟੇ ਵਿੱਚ ਹਟ ਜਾਂਦਾ ਹੈ, ਕਿਉਂਕਿ ਸਹੀ ਰੇਸ਼ਾ ਹਟਾਉਣ ਦਾ ਇਲਾਜ ਹੀ ਇਹ ਹੁੰਦਾ ਹੈ ਰੇਸ਼ਾ ਪੱਕ ਕੇ ਹਟੇ। ਮੈਂ ਦੱਸ ਚੁੱਕਾ ਹਾਂ ਕਰੋਨਾ ਕੋਈ ਨਵੀਂ ਬਿਮਾਰੀ ਨਹੀਂ, ਰੁੱਤ ਬਦਲਦਾ ਜ਼ੁਕਾਮ ਖੰਘ ਰੇਸ਼ਾ ਵਿਕਾਰ ਹੈ। ਪਹਿਲਾਂ ਜਦੋਂ ਰੁੱਤ ਬਦਲਣ 'ਤੇ ਕੁਝ ਹੁੰਦਾ ਸੀ ਛੇਤੀ ਹੀ ਠੰਡ ਘੱਟ ਜਾਂਦੀ ਸੀ ਅਤੇ ਦਿਨ ਵੀ ਸਾਫ਼ ਲੱਗਦੇ ਸੀ। ਪਹਿਲਾਂ ਤਾਂ ਇਸ ਤੋਂ ਮਹੀਨਾ ਪਹਿਲਾਂ ਮੰਜੇ ਵਿਹੜਿਆਂ ਵਿੱਚ ਕੱਢ ਲਈਦੇ ਸੀ, ਇਸ ਵਾਰ ਅਜੇ ਵੀ ਅੰਦਰੀ ਕੰਬਲ ਲੈ ਕੇ ਸੌਣਾ ਪੈਂਦਾ ਹੈ। ਉੱਤੋਂ ਬੱਦਲ ਵਾਈ ਅਤੇ ਸਿੱਲੀ ਹਵਾ ਚੱਲੀ ਗਈ, ਉੱਤੋਂ ਲੋਕਾਂ ਨੂੰ ਡਾਕਟਰਾਂ ਨੇ ਖਾਣ ਪੀਣ ਦਾ ਪਰਹੇਜ਼ ਹੀ ਭੁਲਾ ਦਿੱਤਾ, ਜਿਸ ਕਾਰਨ ਜ਼ੁਕਾਮ ਖੰਘ ਵਿਗੜ ਕੇ ਛਾਤੀਆਂ ਰੁਕਣੀਆਂ ਹੀ ਰੁਕਣੀਆਂ ਸੀ। ਸਭ ਤੋਂ ਵੱਧ ਇਟਲੀ ਪ੍ਰਭਾਵਿਤ ਹੋਇਆ, ਉੱਧਰ ਠੰਡ ਵੱਧ ਪੈਂਦੀ ਹੈ, ਠੰਡ ਲੰਮੀ ਕਾਰਨ ਅਤੇ ਬਿਨਾਂ ਪਰਹੇਜ਼ਾਂ ਤੋਂ ਜ਼ੁਕਾਮ ਖੰਘ ਰੇਸ਼ਾ ਵਿਗੜਨਾ ਹੀ ਵਿਗੜਨਾ ਸੀ। ਹੁਣ ਇਟਲੀ ਨੇ ਕੋਈ ਦਵਾਈ ਨਹੀਂ ਬਣਾਈ, ਰੋਜ਼ ਹਜ਼ਾਰਾਂ ਮਰੀਜ਼ ਠੀਕ ਹੋ ਰਹੇ ਹਨ, ਸਿਰਫ ਠੰਡ ਘੱਟ ਰਹੀ ਹੈ, ਗਰਮੀ ਵੱਧ ਰਹੀ ਹੈ, ਤਾਂ ਹੀ ਮਰੀਜ਼ ਠੀਕ ਹੋਣੇ ਸ਼ੁਰੂ ਹੋ ਗਏ ਹਨ। ਮੰਤਰੀਓ, ਡਾਕਟਰੋ, ਜਾਂ ਸਾਨੂੰ ਮਰੀਜ਼ ਦੇ ਦੇਵੋ, ਜਾਂ ਸਾਨੂੰ ਮਰੀਜ਼ਾਂ ਕੋਲ ਲੈ ਚੱਲੋ, ਜਾਂ ਸਾਡੀਆਂ ਦਵਾਈਆਂ ਲੈ ਜਾਵੋ, ਪਰ ਮਰੀਜ਼ਾਂ ਦੇ ਘਰਦਿਆਂ ਨੂੰ ਹਸਪਤਾਲਾਂ ਵਿੱਚ ਸੱਦ ਕੇ ਉਹਨਾਂ ਨੂੰ ਦਵਾਈਆਂ ਦਿਓ, ਉਹ ਆਪ ਮਰੀਜ਼ਾਂ ਨੂੰ ਦਵਾਈਆਂ ਦੇਣ, ਸਾਡੇ ਕਹੇ 'ਤੇ ਪਰਹੇਜ਼ ਕਰਨ। 3 ਦਿਨ ਵਿੱਚ ਸਾਰੇ ਮਰੀਜ਼ ਠੀਕ ਨਾ ਹੋਏ, ਅਸੀਂ ਹਰ ਸਜ਼ਾ ਝੱਲਣ ਲਈ ਤਿਆਰ ਹਾਂ, ਪਰ ਮਰੀਜ਼ਾਂ ਕੋਲ ਡਾਕਟਰ ਬਿਲਕੁਲ ਨਾ ਜਾਣ ਅਤੇ ਜੋ ਮਰੀਜ਼ਾਂ ਕੋਲ ਘਰਾਂ ਦੇ ਜਾਣਗੇ, ਜਿੰਨੀ ਜਿੰਨੀ ਅਸੀਂ ਵਿੱਚੋਂ ਦਵਾਈ ਖਾਣੀ ਦੱਸ ਦੇਵਾਂਗੇ ਉਹ ਵੀ 2 ਦਿਨ ਖਾ ਲੈਣ, ਫਿਰ ਭਾਵੇਂ ਆਪਦੇ ਮਰੀਜ਼ਾਂ ਦਾ ਜੂਠਾ ਖਾਈ ਜਾਣ, ਨਾਲ ਪਏ ਰਹਿਣ। ਜੇ 2 ਮਹੀਨੇ ਤੱਕ ਕਿਸੇ ਨੂੰ ਜ਼ੁਕਾਮ, ਖੰਘ, ਛਿੱਕ, ਤਾਪ ਜਾਣੀ ਕੁਝ ਵੀ ਹੋ ਗਿਆ, ਅਸੀਂ ਫਿਰ ਵੀ ਹਰ ਸਜ਼ਾ ਨੂੰ ਤਿਆਰ ਹਾਂ। ਪਰ ਅੱਜ ਤੋਂ ਬਾਅਦ ਇਹ ਗੱਲ ਨਾ ਕੋਈ ਆਖੇ ਕਿ ਜਦੋਂ ਐਡੇ ਐਡੇ ਡਾਕਟਰਾਂ ਨੂੰ ਰੋਗ ਦਾ ਭੇਤ ਨਹੀਂ ਆਇਆ, ਵੈਦਾਂ ਨੂੰ ਕਿਵੇਂ ਭੇਤ ਆ ਗਿਆ। ਜਾਂ ਇਹ ਗੱਲ ਨਾ ਕੋਈ ਆਖੇ ਕਿ ਜਦੋਂ ਐਡੇ ਐਡੇ ਡਾਕਟਰ ਕਰੋਨੇ ਦੀ ਦਵਾਈ ਨਹੀਂ ਬਣਾ ਸਕੇ, ਵੈਦਾਂ ਨੇ ਕਿਵੇਂ ਬਣਾ ਲਈ। ਪਰ ਵੈਦਾਂ ਨੇ ਕੀ ਬਣਾਉਣੀ ਸੀ, ਵੈਦਾਂ ਕੋਲ ਪਹਿਲਾਂ ਹੀ ਵਿਗੜੇ ਜ਼ੁਕਾਮ, ਖੰਘ, ਰੇਸ਼ੇ, ਤਾਪ ਨੂੰ ਗਰੰਟੀ ਨਾਲ ਅਤੇ ਬਹੁਤ ਛੇਤੀ ਹਟਾਉਣ ਵਾਲੀਆਂ ਦਵਾਈਆਂ ਮੌਜੂਦ ਹਨ, ਨਾਲੇ ਅੰਗਰੇਜ਼ੀ ਦਵਾਈਆਂ ਵਾਂਗ ਨਹੀਂ ਅੰਦਰੇ ਹੀ ਰੇਸ਼ਾ ਜਾਮ ਕਰ ਦਿੰਦੀਆਂ। ਸਾਡੀਆਂ ਦਵਾਈਆਂ ਤਾਂ ਨੱਕ ਛਾਤੀ ਦਾ ਰੇਸ਼ਾ ਪਕਾ ਕੇ ਅੰਦਰੋਂ ਕੱਢ ਕੇ ਹਟਾਉਂਦੀਆਂ ਹਨ। ਕੈਪਟਨ ਸਾਹਿਬ, ਤੁਹਾਡੇ ਵਡੇਰੇ ਤਾਂ ਮਹਿਲਾਂ ਵਿੱਚ ਸ਼ਾਹੀ ਵੈਦ ਰੱਖਦੇ ਰਹੇ ਸੀ, ਤੁਹਾਨੂੰ ਤਾਂ ਵੈਦਾਂ ਦੀਆਂ ਕਰਾਮਾਤਾਂ ਦਾ ਗਿਆਨ ਹੈ। ਇਸ ਕਰਕੇ ਕੈਪਟਨ ਸਾਹਿਬ, ਅੱਜ ਮੌਕਾ ਹੈ ਦੁਨੀਆ ਨੂੰ ਦਿਖਾਉਣ ਦਾ ਕਿ ਭਾਰਤ, ਖਾਸ ਕਰਕੇ ਪੰਜਾਬ ਕੋਲ ਕਿੰਨੀਆਂ ਮਹਾਨ ਚੀਜ਼ਾਂ ਹਨ। ਇਸ ਕਰਕੇ 5 ਕਿਲੋ ਅਫੀਮ ਭੇਜ ਦੇਵੋ,
ਇੱਕ ਤੋਲਾ ਅਫੀਮ ਨਾਲ 6-7 ਮਰੀਜ਼ਾਂ ਦੀ ਦਵਾਈ ਬਣ ਜਾਂਦੀ ਹੈ। 5 ਕਿਲੋ ਨਾਲ 3000 ਮਰੀਜ਼ਾਂ ਦੀ ਬਣ ਜਾਵੇਗੀ। ਅਮਰੀਕਾ ਨੂੰ ਭੇਜ ਦਿਆ ਜੇ 36 ਘੰਟਿਆਂ ਵਿੱਚ 3000 ਕਰੋਨਾ ਦਾ ਮਰੀਜ਼ ਰਿਸ਼ਟ ਪੁਸ਼ਟ ਹੋ ਕੇ ਘਰ ਨੂੰ ਜਾਵੇਗਾ। ਆਪਦੇ ਆਪ ਨੂੰ ਰੱਬ ਸਮਝਣ ਵਾਲੇ ਅਮਰੀਕਾ ਦੇ ਡਾਕਟਰਾਂ ਦੇ ਮੂੰਹ ਵਿੱਚ ਉਂਗਲਾਂ ਪਵਾ ਕੇ ਸੋਚਣ ਲਈ ਮਜਬੂਰ ਕਰਨਾ ਹੈ ਕਿ ਦਵਾਈ ਨੇ ਕਿਵੇਂ ਸਿਰਫ 7-8 ਘੰਟੇ ਵਿੱਚ ਰੇਸ਼ਾ ਪਕਾ ਕੇ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਮਰੀਜ਼ ਨੂੰ ਸਾਹ ਸੌਖਾ ਆਉਣਾ ਸ਼ੁਰੂ ਹੋ ਗਿਆ। ਨੱਕ ਖੁੱਲ੍ਹ ਗਏ, ਜਿਨ੍ਹਾਂ ਨੂੰ ਬੁਖਾਰ ਸੀ ਉਹ ਲੱਥ ਗਏ। ਮੰਤਰੀਓ, ਭਾਰਤ ਬੰਦ ਵਾਲਾ ਕੰਜਰਖਾਨਾ ਬੰਦ ਕਰੋ, ਤੁਸੀਂ ਖੋਲ੍ਹੋ, ਮੈਂ ਸੌਖੇ ਜਿਹੇ ਟੋਟ ਕੇ ਦੱਸ ਦੇਵਾਂਗਾ। ਸਾਰੇ ਲੋਕ ਲਗਾਤਾਰ 3 ਦਿਨ ਘਰੇ ਬਣਾ ਕੇ ਵਰਤ ਲੈਣ, ਸਾਡੇ ਕਹੇ 'ਤੇ ਪਰਹੇਜ਼ 3 ਦਿਨ ਕਰ ਲੈਣ। ਕੋਈ ਮਰਜ਼ੀ ਕਿਤੇ ਤੁਰਿਆ ਫਿਰੇ, ਜ਼ੁਕਾਮ ਖੰਘ ਵਾਲਿਆਂ ਦੇ ਨਾਲ ਖਾਈ ਜਾਵੇ। ਕਿਸੇ ਨੂੰ ਜ਼ੁਕਾਮ ਖੰਘ ਰੇਸ਼ਾ ਤਾਪ ਨੇੜੇ ਨਹੀਂ ਆ ਸਕਣਗੇ ਅਤੇ ਜਿਨ੍ਹਾਂ ਨੂੰ ਮਾੜੇ ਮੋਟੇ ਹੋਏ ਉਹ ਵੀ 3 ਦਿਨਾਂ ਵਿੱਚ ਹਟ ਜਾਣਗੇ ਅਤੇ ਜਿਨ੍ਹਾਂ ਨੂੰ ਜ਼ੁਕਾਮ ਰੇਸ਼ਾ ਛਿੱਕ ਛਾਤੀ ਦੀ ਜਕੜਨ ਜਾਂ ਬੁਖਾਰ ਵੱਧ ਹੋਏ ਉਹਨਾਂ ਨੂੰ ਆਯੁਰਵੈਦਿਕ ਦੀਆਂ 2 ਸਸਤੀਆਂ ਜਿਹੀਆਂ ਦਵਾਈਆਂ ਦੱਸ ਦੇਵਾਂਗਾ, ਉਹ ਨਾਲ 3 ਦਿਨ ਖਾ ਲੈਣ, ਗਰੰਟੀ ਨਾਲ ਠੀਕ ਹੋਣਗੇ ਅਤੇ ਫਿਰ ਛੇਤੀ ਰੋਗ ਨੇੜ ਵੀ ਨਹੀਂ ਆਉਂਦੇ। ਮੋਦੀ ਵਾਰ ਵਾਰ ਬਿਆਨ ਦਾਗ ਰਿਹਾ ਹੈ, ਕਰੋਨਾ ਲਾ ਇਲਾਜ ਹੈ, ਅਸੀਂ ਬੰਦ ਭਾਰਤ ਕਰਕੇ ਕਰੋਨਾ ਨੂੰ ਜਿੱਤਾਂਗੇ। ਕਦੇ ਮੋਦੀ ਕਹਿੰਦਾ ਹੈ ਬੰਦ ਲੋਕਾਂ ਦੇ ਭਲੇ ਲਈ ਕੀਤਾ ਹੈ, ਕਿਤੇ ਕਰੋਨਾ ਕਹਿਰ ਨਾ ਬਣ ਜਾਵੇ। ਪਰ ਜਿਸ ਗੰਗਾ ਦਾ ਪਾਣੀ ਕਰੋੜਾਂ ਲੋਕ ਅਤੇ ਡੰਗਰ ਪੀਂਦੇ ਹਨ, ਉਸ ਵਿੱਚ ਫੈਕਟਰੀਆਂ ਸ਼ਹਿਰਾਂ ਦਾ ਇੰਨਾ ਕੈਮੀਕਲ ਪਾਣੀ ਪੈ ਰਿਹਾ ਹੈ, ਗੰਦੇ ਪਾਣੀਆਂ ਵਿੱਚ ਰਹਿਣ ਵਾਲੇ ਜੀਵ ਵੀ ਗੰਗਾ ਵਿੱਚ ਨਹੀਂ ਬਚੇ। ਉਹ ਅੰਜ ਤਾਂ ਰੋਜ਼ ਲੱਖਾਂ ਮਨੁੱਖਾਂ ਡੰਗਰਾਂ ਨੂੰ ਰੋਗ ਵੰਡੀ ਜਾਂਦਾ ਹੈ। ਜਦੋਂ ਗੰਗਾ ਦੇ ਕੈਮੀਕਲਾਂ ਵਾਲੇ ਪਾਣੀ ਨਾਲ ਕੋਈ ਰੋਗ ਫੈਲਿਆ, ਉਹ ਕਿੰਨਾ ਕੁ ਕਹਿਰ ਬਣੇਗਾ। ਬਾਦਲ ਕੈਪਟਨ ਨੇ ਪੰਜਾਬ ਵਿੱਚੋਂ ਰੁੱਖ ਖਤਮ ਕਰਵਾ ਦਿੱਤੇ, ਥਾਂ ਥਾਂ ਪਰਾਲੀ ਕੋਲੇ ਦੇ ਬਿਜਲੀ ਪਲਾਂਟ ਲਾ ਦਿੱਤੇ। ਗਰਮੀ ਅਤੇ ਗੰਦੀ ਹਵਾ, ਆਕਸੀਜਨ ਦੀ ਘਾਟ ਨਾਲ ਜੋ ਰੋਗ ਫੈਲਣਗੇ ਉਹ ਕਿੰਨਾ ਕਹਿਰ ਬਣਨਗੇ। ਕਰੋਨਾ ਤਾਂ ਰੁੱਤ ਬਦਲਣ ਦਾ ਵਿਗੜਿਆ ਜ਼ੁਕਾਮ ਖੰਘ ਹੈ, ਗਰਮੀ ਹੋਣ 'ਤੇ ਹਟ ਜਾਵੇਗਾ, ਪਰ ਜਦੋਂ ਪੰਜਾਬ ਵਿੱਚ ਰੁੱਖਾਂ 'ਤੇ ਆਕਸੀਜਨ ਦੀ ਕਮੀ ਨਾਲ ਰੋਗ ਫੈਲੇ, ਨਾ ਛੇਤੀ ਰੁੱਖ ਤਿਆਰ ਹੋਣ ਨਾ ਆਕਸੀਜਨ ਆਵੇ ਤਾਂ ਕਿੰਨੀ ਤਬਾਹੀ ਮੱਚੇਗੀ। ਪੰਜਾਬ ਜਾਂ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ ਜੋ ਪਰਾਲੀ ਦੇ ਬਿਜਲੀ ਪਲਾਂਟ ਲਵਾਏ ਹਨ, ਲੰਮੇ ਚੌੜੇ ਏਰੀਏ ਵਿੱਚ ਪਰਾਲੀਆਂ ਇਕੱਠੀਆਂ ਕਰ ਲਈਆਂ, ਜ਼ਹਿਰੀਲੀਆਂ ਸਪਰੇਆਂ ਖਾਦਾਂ ਵਾਲੀਆਂ ਪਰਾਲੀਆਂ ਗਲ ਕੇ ਦੂਰ ਤੱਕ ਬਦਬੋ ਮਾਰਦੀ ਹੈ, ਪਰਾਲੀ ਵਿੱਚ ਚੂਹੇ ਪਿੱਛੂ ਅਤੇ ਹੋਰ ਬਹੁਤ ਜੀਵ ਪੈਦਾ ਹੋ ਚੁੱਕੇ ਹਨ। ਸੋਚ ਲਵੋ ਉੱਥੋਂ ਦੇ ਪਿੱਛੂ ਅਤੇ ਮੱਛਰ ਕਿੰਨੇ ਜ਼ਹਿਰੀਲੇ ਹੋਣਗੇ। ਹੁਣ ਜਦੋਂ ਪੂਰੀ ਗਰਮੀ ਪਈ, ਉਹ ਨੇੜ ਵਾਲੇ ਪਿੰਡਾਂ ਲਈ ਕੀ ਕਹਿਰ ਨਹੀਂ ਬਣ ਸਕਦੀਆਂ। ਜੋ ਸ਼ਰਾਬ ਫੈਕਟਰੀਆਂ ਵਿੱਚ ਬੋਰ ਕਰਕੇ ਲਾਉਣ ਦੇ ਬਹਾਨੇ ਰੋਜ਼ 1-1 ਫੈਕਟਰੀ 'ਚੋਂ ਲੱਖਾਂ ਲੀਟਰ ਖਤਰਨਾਕ ਕੈਮੀਕਲ ਰਲਾ ਕੇ ਪਾਣੀ ਪਾਇਆ ਜਾ ਰਿਹਾ ਹੈ, ਨੈਸਲੇ ਵਰਗੀਆਂ ਸੈਂਕੜੇ ਫੈਕਟਰੀਆਂ ਨੂੰ ਖੁੱਲ੍ਹ ਦਿੱਤੀ ਹੈ ਧਰਤੀ ਵਿੱਚ ਮਰਜ਼ੀ ਕਿੰਨਾ ਕੈਮੀਕਲ ਅਤੇ ਤੇਜ਼ਾਬ ਵਾਲਾ ਪਾਣੀ ਪਾਉਣ ਦੀ, ਜਿਸ ਦਿਨ ਫਿਰ ਧਰਤੀ ਦੇ ਪਾਣੀ ਨਾਲ ਰੋਗ ਫੈਲੇ ਉਹ ਕੀ ਕਰਨਗੇ।